jsme v Budoudíku se svým těmi milicí dítí. Jen koume itiny ty nepálí. Tak to je Punjabi bolno, Punjabi bolno. Jej bol to mě. Jenne pálí, čoté čoté bače. Oto vádu, čoté 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 gmád. ਬਿਲਕੁਲ ਨਾਲ ਸਾਥ ਕਰਦੀ ਹੈ ਇਹਨਾਂ ਦੇ ਦਾਦਾ ਜੀ ਦਾ ਮੇਰੇ ਡੈਡੀ ਜੀ ਨਾਲ ਬਹੁਤ ਬਹੁਤ ਪਿਆਰ ਜਦੋਂ ਇਹ ਕੰਮਾਂ ਕਰਾਂ ਤੋਂ ਹਟ ਕੇ ਆਉਂਦੇ ਇਹ ਅੱਧੀ ਅੱਧੀ ਰਾਤ ਤੱਕ ਬੱਚੇ ਗੱਲਾਂ ਕਰੀ ਜਾਂਦੇ ਪਿੰਡ ਦੇ ਪ੍ਰੋਗਰਾਮ ਪਿੰਡ ਦੀ ਭਲਾਈ ਬਾਰੇ ਹਰ ਵਾਰ ਸੋਚਦੇ ਨਿਸ਼ਕਾਮ ਸੇਵਾ ਕੀਤੀ ਇਹਨਾਂ ਨੇ ਉਹੀ ਕਹਾਵਤ ਹੈ ਸੇਵਾ ਨੂੰ ਮੇਵਾ ਲੱਗਦਾ ਹੈ ਕਰਕੇ ਤੂੰ ਦੇਖ ਲੈ ਇਹਨਾਂ ਦੇ ਡੈਡੀ ਨੇ ਇਹਨਾਂ ਦੇ ਦਾਦਾ ਜੀ ਨੇ ਇੰਨੀ ਲੋਕ ਭਲਾਈ ਦੇ ਕੰਮ ਕੀਤੇ ਉਹੀ ਇਹਨਾਂ ਨੂੰ ਫਲ ਮਿਲਿਆ ਅਸਲ ਇੰਨੇ ਗਰੀਬ ਪਰਿਵਾਰ ਤੋਂ ਉੱਠ ਕੇ ਕਿੱਥੇ ਗੁਰੂ ਜੀ ਨੂੰ ਗੁਰੂ ਜੀ ਦਾ ਨਾਮ ਦੇਖੇ ਕਿੱਥੇ ਪਹੁੰਚਾਇਆ ਉਸ ਕੀ ਮਿਹਰਬਾਨੀ ਪਰਮਾਤਮਾ ਦੀ ਜਿਹਦੇ ਇਹਨਾਂ ਨੇ ਇੰਨੀ ਪਦਵੀ ਤੇ ਪਹੁੰਚਾਏ ਛੋਟੇ ਛੋਟੇ ਬੱਚੇ ਹੁੰਦੇ ਸਾਡਾ ਗੁਆਂਢ ਜਦੋਂ ਇਹ ਪ੍ਰਾਇਮਰੀ 'ਚ ਪੜ੍ਹਦੇ ਤੇ ਸਾਡੇ ਘਰ ਵਾਲੇ ਪ੍ਰਾਇਮਰੀ ਸਕੂਲ 'ਚ ਪੜ੍ਹਾਉਂਦੇ ਤੇ ਉਹਨਾਂ ਕੋਲੋਂ ਇਹਨਾਂ ਨੇ ਪ੍ਰਾਇਮਰੀ ਸਿੱਖਿਆ ਪ੍ਰਾਪਤ ਕੀਤੀ ਘਰੋਂ ਉੱਠ ਕੇ ਗਮਾਂਡ ਉਹਦੀ ਪ੍ਰੇਮ ਹੈ ਆਪਣੀ ਇਹਦੀ ਮੰਮੀ ਛੋਟੀ ਜੀ ਜਦ ਵੀ ਉਹਨਾਂ ਚਿਰ ਦੀ ਗੱਲ ਹੈ ਬਹੁਤ ਪੁਰਾਣੀ 63-64 ਦੀਆਂ ਗੱਲਾਂ ਜੀ ਪ੍ਰੇਮ 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 ਇਹੀ ਜੀ ਮੈਨੂੰ ਵੀ ਮੈਂ ਨਾਮ ਬਹੁਤ ਸੁਣਿਆ ਵੀ ਇੱਥੇ ਨੇ ਮੈਨੂੰ ਇੱਕ ਹੋਰ ਇਹਨਾਂ ਦੀ ਸਟੂਡੈਂਟ ਜੋਗਿੰਦਰ ਕੌਰ ਮਿਲੀ ਉਹਨਾਂ ਨੇ ਮੈਨੂੰ 3 ਸਾਲ ਪਹਿਲਾਂ ਦੱਸਿਆ ਵੀ ਦੁਗਰੀ ਤੋਂ ਇੱਥੇ ਸਰਦਾਰ ਨਰਭੈ ਸਿੰਘ ਜੀ ਆਪਣੇ ਸਾਧ ਇੱਥੇ ਨੇ ਮੈਂ ਕਿਹਾ ਅੱਛਾ ਮੈਨੂੰ ਬਹੁਤ ਖੁਸ਼ੀ ਹੋਈ ਉਹਨਾਂ ਨੂੰ ਮਿਲਣ ਦੀ ਬੜੀ ਇੱਛਾ ਸੀ ਵੀ ਮੈਂ ਮਿਲਾਂ ਪਰ ਅੱਜ ਮੈਨੂੰ ਬਹੁਤ ਅੱਛਾ ਲੱਗਿਆ ਵੀ ਅਸੀਂ ਇੰਨੇ ਸ਼ੁਭ ਦਿਹਾੜੇ ਤੇ ਸ਼ਿਵਰਾਤਰੀ ਦਾ ਦਿਨ ਹੈ ਗੁਰੂ ਜੀ ਨੇ ਸਾਨੂੰ ਕਿੱਥੇ ਮਿਲਾਇਆ ਅਸੀਂ ਸ਼ੁਕਰ ਕਰਦੇ ਹਾਂ ਬੇਟੀ ਦਾ ਕੱਲ ਮੈਨੂੰ ਮਿਲ ਗਈ ਇਹਨਾਂ ਮੈਨੂੰ ਰਿਕੁਐਸਟ ਕੀਤੀ ਵੀ ਤੁਸੀਂ ਜ਼ਰੂਰ ਉੱਥੇ ਹੋਣਾ ਮੈਂ ਬੇਟਾ ਮੈਂ ਜ਼ਰੂਰ ਆਉਂਗਾ ਪਤਾ ਲੱਗਿਆ ਵੀ ਇਹਨਾਂ ਨੇ ਵੀ ਆਉਣਾ ਤਰਸੇਮ ਭੈਣ ਜੀ ਨੇ ਵੀ ਆਉਣਾ ਤੇ ਅਸੀਂ ਸਾਰੇ ਵੀ ਦੁਗਰੀ ਰਹੇ ਮੇਰੀ ਬੇਟੀ ਹੈ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਹੁੰਦੇ ਸੀ ਅੱਜ ਕੱਲ੍ਹ ਤਾਂ ਟੀਚਰਾਂ ਨੂੰ ਅਸੀਂ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਸਾਡੇ ਪਿੰਡ ਪਟਵਾਰੀ ਸਾਹਿਬ ਹੁੰਦੇ ਨੇ ਡੈਡੀ ਇਹਨਾਂ ਦੇ ਤਾਜ ਵੀ ਉੱਥੇ ਰਹਿੰਦੇ ਤੇ ਸਾਰਾ ਪਰਿਵਾਰ ਉੱਥੇ ਹੀ ਰਹਿੰਦਾ ਜੀ ਸਾਰੇ ਬੱਚੇ ਉੱਥੇ ਹੀ ਪਾਲੇ ਉਹਨਾਂ ਨੇ ਜਿਹੜਾ ਸ਼ਿਵ ਹੈ ਉਹ ਮੈਥੋਂ ਮੇਰਾ ਛੋਟਾ ਭਰਾ ਹੈ ਸ਼ਿਵ ਨਾਲ ਗੁਰੂ ਜੀ ਦੀ ਬਹੁਤੀ ਲਿਹਾਜ ਜਿੰਨੀ ਕਹਿੰਦੀ ਓਨੀ ਲਿਹਾਜ ਉਹਨੇ ਟੱਪਦੇ ਟੱਪਦੇ ਆਉਣਾ ਸਾਡੇ ਕੋਠਿਆਂ ਦੀ ਬੈਕ ਲੱਗਦੀ ਸੀ ਛਾਲਾਂ ਮਾਰਦੇ ਮਾਰਦੇ ਆ ਜਾਣਾ ਆਂਟੀ ਜੀ ਕੀ ਬਣਾਇਆ ਅੱਜ ਮੇਰੀ ਮਿਸਿਜ ਨੂੰ ਕਹਿਣਾ ਉਹ ਕਹਿੰਦੀ ਨਿੰਮੇ ਤੈਂ ਕੀ ਖਾਣਾ ਨਿੰਮਾ ਕਹਿੰਦੇ ਅਸੀਂ ਨਿੰਮਾ ਨਿਰਮਲ ਨਾਮ ਇਹਨਾਂ ਦਾ ਅਸੀਂ ਛੋਟੇ ਨਿੰਮਾ ਹੀ ਕਹਿੰਦੇ ਤੂੰ ਕੀ ਖਾਣਾ ਆਂਟੀ ਮੈਂ ਮੱਕੀ ਰੋਟੀ ਖਾਣੀ ਆ ਇਹਨਾਂ ਨੇ ਮੱਕੀ ਰੋਟੀ ਤਿਆਰ ਕਰ ਦੇਣੀ ਜਾਣੀ ਇਹੋ ਜਿਹੇ ਉਹਨਾਂ ਨੇ ਚੋਜ ਕਰਨੇ ਉਹਨਾਂ ਨੂੰ ਕੋਈ ਨਹੀਂ ਵੀ ਮੇਰਾ ਆਹ ਘਰ ਹੈ ਜਾਂ ਆਹ ਘਰ ਹੈ ਫਲਾਨੇਦਾਰ ਚਮਕਿਆ ਨੂੰ ਉਹ ਸਭ ਨੂੰ ਇੱਕ ਸਾਰੇ ਸਮਝਦੇ ਤੇ ਔਰ ਲੋਕਾਂ 'ਚ ਉਹਨਾਂ ਦਾ ਬਹੁਤ ਪਿਆਰ ਸੀ ਲਵਲੀ ਸਟੂਡੈਂਟ ਸੀ ਉਸ ਵੇਲੇ ਬਹੁਤ ਉਦੋਂ ਬਾਅਦ 6ਵੀਂ ਤੋਂ ਬਾਅਦ ਫਿਰ ਮੇਰੇ ਕੋਲ ਚਲੇ ਗਏ ਮੈਂ ਹਾਈ ਸਕੂਲ ਪੜ੍ਹਾਉਂਦਾ ਸੀ ਉਹ ਫਿਰ 9th 10ਵੀਂ ਕਲਾਸ ਮੇਰੇ ਕੋਲ ਇਹਨਾਂ ਨੇ ਕੀਤੀ ਹੈ ਯਾਨੀ ਇਹਨਾਂ ਦੇ ਚੋਜ ਉਸ ਵੇਲੇ ਨਿਆਰੀ ਤੇ ਇੱਕ ਪਾਸੇ ਜੇ ਰਹਿਣਾ ਰਾਤ ਨੂੰ ਉੱਠ ਕੇ ਚਲੇ ਜਾਣਾ ਕਿੱਧਰ ਨੂੰ ਗਿਆ ਇਹ ਨਹੀਂ ਪਤਾ ਕਿੱਧਰ ਨੂੰ ਜਾਣਾ ਉਹ ਕਹਿੰਦੇ ਤੜਕੇ ਉੱਠਣ ਉੱਥੇ ਪਏ ਹੋਏ
ਯਾਨੀ ਇਹਨਾਂ ਦੇ ਗੱਲਾਂ ਅਸੀਂ ਵਿਸਥਾਰ ਨਾਲ ਦੱਸ ਨਹੀਂ ਸਕਦੇ ਵੀ ਕੀ ਕੁਝ ਕੀਤਾ। ਇਹਨਾਂ ਦੇ ਦਾਦਾ ਜੀ ਕਹਿੰਦੇ, ਇਹਦਾ ਡੈਡੀ ਜੀ ਕਹਿੰਦੇ, ਨਿੰਮੇ ਤੂੰ ਐਵੇਂ ਇਹ ਕਰੀ ਜਾਂਦਾ ਗੱਲ, ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ। ਕਹਿੰਦਾ ਡੈਡੀ ਤੁਹਾਨੂੰ ਸਮਝ ਆਉਣੀ ਨਹੀਂ, ਚਲੋ ਤੁਸੀਂ ਕਮਰੇ 'ਚ ਬੈਠੋ ਆਰਾਮ ਕਰੋ। ਜਦੋਂ ਉਹ ਗਏ ਮੂਹਰੇ ਬਾਬੇ ਨਾਨਕ ਦੀ ਤਸਵੀਰ ਉਹਨੂੰ ਦਿਖੀ, ਉਹ ਹੈਰਾਨ ਹੋ ਗਏ। ਪਹਿਲਾਂ ਤਾਂ ਕਹਿੰਦੇ ਤੂੰ ਪਖੰਡ ਕਰਦਾ, ਪਹਿਲਾਂ ਕੁਛ ਵੀ ਨਹੀਂ ਹੈ। ਉਸ ਦਿਨ ਤੋਂ ਫਿਰ ਸਾਰੀ ਦੁਨੀਆਂ ਚਾਨਣ ਹੋ ਗਿਆ। ਇਹ ਚਾਨਣ ਦਿਖਾ ਕੇ ਫਿਰ ਦੇਖ ਲਓ ਫਿਰ ਅੱਜ ਮਹਾਰਾਜਾ ਨੂੰ, ਜਾਣੀ ਤੁਸੀਂ ਬਹੁਤ ਕਰਮਾਂ ਵਾਲੇ ਬੰਦੇ ਹੋ ਜਿਹੜੇ ਇਹਨਾਂ ਦੀ ਸਤਸੰਗ ਕਰਦੇ, ਅਥਾਹ ਕਰਮ ਚੰਗੇ ਨੇ ਤੁਹਾਡੇ, ਤੁਸੀਂ ਤਰਜੋਗੇ।